ਬਲਵੀਰ ਮੇਰੇ ਕੋ ਅਗੇ ਤੇਰਾ ਚੈਨਲ ਦੇ ਰਹਿ ਨਾ ਓਕੇ ਠੀਕ ਹੈ ਮੋਨੀਟਾਈਜ਼ ਠੀਕ ਹੈ ਤੇ ਚੈਨਲ ਦੀ ਖੁਸ਼ੀ ਦੇ ਰਹਿ ਨਾ ਮੇਰੇ ਕੋ ਗਿਫਟ ਕੀਤੇ ਸੀ ਇਹ ਕਾਲੀ ਬੱਕਰੀ ਤੂੰ ਇਹ ਦੇਨੇ ਮਾ ਤੇ ਮੰਨ ਕਿਹੜਾ ਇਹ ਯੂ ਬੇ ਜਰਾ ਹੱਥ ਆ ਠੀਕ ਹੈ ਇੱਕ ਜਰਾ ਹੱਥ ਵਿੱਚ ਕੀ ਦੇਖਣਾ ਜੱਕਾ ਮੈਂ ਖੇਡ ਸਾਂ ਇਹ ਢਾਏ ਤੇ ਇਹ ਸਾਰੇ ਮਾਮੂ ਦਾ ਘਰ ਹੈ ਯਾਲਾ ਇਹ ਕਿੰਨਾ ਨੇੜੇ ਆਇਆ ਪਾਏ ਲਈ ਪਿਆ ਮੈਂ ਖੇਡਦਾ ਹਾਂ ਖੇਡ ਪਰ ਮੈਂ ਨੈਟ ਤੇ ਕੰਮ ਕਰਨਾ ਵੀਡੀਓ ਬਣਾ ਤੇ ਬੜਾ ਰਹਿਮਤੁਲਾ ਬਰਕਾਤੁ ਜਨਾਬ ਕਿਵੇਂ ਹਾਲ ਹੈ ਠੀਕ ਵੇ ਤਬੀਅਤ ਵੀ ਠੀਕ ਹੈ ਮੈਂ ਮੁਹੰਮਦ ਇਰਫਾਨ ਹਸਨੀ ਅਤੇ ਤੁਸਾਂ ਦੇ ਪੈ ਵੀ ਯੂਟਿਊਬ ਚੈਨਲ ਇਰਫਾਨ ਫਾਨੀ ਵੀ ਲੋਸ ਬਈ ਜਾਨ ਤਿਆਰੀ ਕੀਤੀ ਬੈਠੇ ਮਾਮੂ ਦੇ ਘਰ ਮੈਨੇ ਪਏ ਬੇਟੀ 'ਚ ਅਤੇ ਖਾਣਾ ਖਾਣਾ ਪੀਆ ਅਤੇ ਸਭ ਦੋਸਤਾਂ ਕੋ ਇਤਲਾਹ ਦੇਣੀ ਹੈ ਕਿ ਅਲਹਮਦੁਲਿਲਾ ਸਭ ਦੋਸਤਾਂ ਦੀ ਮੁਹੱਬਤਾਂ ਤੁਹਾਡੇ ਮੁਹੱਬਤਾਂ ਔਰ ਤੁਹਾਡੇ ਦੁਆਈ ਨਾਲ ਅਤੇ ਤੁਹਾਡੇ ਭਾਈ ਦਾ ਚੈਨਲ ਮੋਨੀਟਾਈਜ਼ ਠੀਕ ਹੈ ਅਤੇ ਅੱਲਾਹ ਪਾਕ ਦਾ ਲੱਖ ਲੱਖ ਸ਼ੁਕਰ ਅਦਾ ਕਰਨੇ ਹੈ ਅਤੇ ਤੁਸਾਂ ਦੋਸਤਾਂ ਦਾ ਵੀ ਸ਼ੁਕਰ ਅਦਾ ਕਰਨੇ ਹੈ ਕਿ ਜਿਹਨਾਂ ਸਪੋਰਟ ਕੀਤੇ ਕਰਾਚੀ ਤੋਂ ਆਪਣੇ ਘਰ ਤੱਕ ਸਫ਼ਰ ਆਈ ਕਾਫੀ ਸਾਰੇ ਦੋਸਤਾਂ ਸਪੋਰਟ ਕੀਤੇ ਕਰਾਚੀ 'ਚ ਅਤੇ ਅਗਰ ਨਾ ਚਾਵਲ ਲੱਗ ਵੀ ਨਾ ਤਾਂ ਬਹੁਤ ਵੱਡੀ ਲਿਸਟ ਹੈ ਲੰਬੀ ਲਿਸਟ ਹੈ ਅਤੇ ਬਾਹਰ ਸਾਰਿਆਂ ਦੋਸਤਾਂ ਦਾ ਸ਼ੁਕਰੀਆ ਅਤੇ ਇਨਸ਼ਾ ਅੱਲਾਹ ਤੁਹਾਨੂੰ ਅੱਛੀ ਅੱਛੀ ਵੀਡੀਓ ਦੇਸੂ ਅਤੇ ਇਵੇਂ ਸਭ ਸਪੋਰਟ ਕਰੇ ਸੋ ਜਿੰਨਾ ਬਈ ਅਜੇ ਤਾਈਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਬਈ ਸਬਸਕ੍ਰਾਈਬ ਕਰੇ ਸਨ ਜ਼ਰੂਰ ਅਤੇ ਬਾਤ ਕਰੇ ਦੇ ਅੱਜ ਦੀ ਵੀਡੀਓ ਜਨਾਬ ਖਾਣਾ ਖਾਣੇ ਵੇ ਤਾਂ ਉਹ ਸਤ ਬਿਸਮਿਲਾ ਦੇਸੀ ਖਾਣਾ ਹੈ ਸਾਰਾ ਆਪਣਾ ਪੰਜਾਬ ਦਾ ਨਹੀਂ ਤਾਂ ਸਤ ਵੱਧ ਖਾਂਦੇ ਪਏ ਦਰਿਆ ਤੇ ਪਹੁੰਚ ਗਏ ਮਾਮੂ ਦੇ ਘਰ ਸਾਹਮਣੇ ਤੁਹਾਨੂੰ ਦੇਖਿਆ ਨਾ ਤੇ
ਦੇ ਪਾਵੇ ਸਾਹਮਣੇ ਆਂਦਾ ਰਿਵਰਸ ਤੋਂ ਪਾਇਆ ਲੇਕਿਨ ਇਤਨਾ ਤੇਜ਼ ਆਂਦਾ ਪਾ ਯਾਰ ਬਹੁ ਖਤਰਨਾਕ ਹੈ ਸਾਰੀ ਸੋ ਤੋਂ ਜ਼ਿਆਦਾ ਖਤਰਨਾਕ ਹੈ ਸਾਹਮਣੇ ਤੋਂ ਆਉਂਦਾ ਪਿਆ ਜੇ ਤੂੰ ਵੱਲਾ ਮਰੇ ਨਾ ਪਾ ਨਾ ਇਹੋ ਪਾਣੀ ਉਹ ਸਾਹਮਣੇ ਉਹਦੇ ਵਹਿੰਦਾ ਪਿਆ ਉੱਥਾਂ ਆਹ ਉੱਥਾਂ ਵਰ ਰਲਦੇ ਅਲਾ ਉੱਥੋਂ ਟੱਪਦਾ ਪਿਆ ਸਾਹਮਣੇ ਉਹਦੇ ਪਰੂ ਵੀ ਟੱਪਦਾ ਪਏ ਅਤੇ ਕਮਰ ਤਾਂ ਬਹੁ ਦੂਰ ਹੈ ਪਈ ਅਤੇ ਕਾਫੀ ਡਰ ਲੱਗਦੇ ਇਤਨਾ ਛੋ ਇਵੇਂ ਡਰਦਾ ਪਿਆ ਕਿ ਛੋਟਾ ਪਾਣੀ ਹੈ ਲੇਕਿਨ ਪਾਣੀ ਬਹੁ ਜ਼ਿਆਦਾ ਹੈ ਮਤਲਬ ਤਾਰ ਹੈ ਡੰਡ ਹੈ ਪਈ ਫੁੱਲ ਤਲੇ ਅਤੇ ਢਾਹ ਲਈ ਖੜ੍ਹੇ ਤੂੰ ਅੱਗੋਂ ਢਾਹ ਦਿਖੇ ਨਾ ਬਈ ਕਿਵੇਂ ਲੈਂਦੇ ਅਤੇ ਸਾਰੇ ਮਾਮੂ ਹੁੰਦੇ ਘਰ ਹਨ ਅਤੇ ਦਰਣਾਈ ਤਾਂ ਬਿਲਕੁਲ ਨਾਲ ਹੈ ਪਿਆ ਸਾਰੇ ਮਾਮੂ ਹੁੰਦੇ ਘਰ ਦੇ ਬਿਲਕੁਲ ਨਾਲ ਹੈ ਬਿਲਕੁਲ ਐਂਡ 'ਤੇ ਆਇਆ ਖੜ੍ਹੇ ਪਹਿਲੇ ਜਿਹੜਾ ਅਸਾਂ ਤਕਰੀਬਨ ਮੈਂ ਗੱਲ ਕਰੂੰ ਜੇ 2 ਸਾਲ ਪਹਿਲੇ ਅਗਰ ਆਊਂਗਾ ਮਾਮੂ ਦੇ ਘਰ ਆਇਆ ਸੀ ਜਿਵੇਂ 2 ਸਾਲ ਪਹਿਲੇ ਅਤੇ ਇਹ ਦਰਿਆ ਉਹ ਤਾਂ ਸਾਹਮਣੇ ਜਿਵੇਂ ਬੂਟਿਆਂ ਦਿਸਦਾ ਪਰ ਨਸਾ ਪਿਆ ਇੱਥਾਂ ਆਈ ਇਹਦੇ ਗੱਲ ਜੀ ਪਰਤੇ ਹੋ ਸੀ 2 ਸਾਲਾਂ ਦੇ ਵਿੱਚ ਨਾ ਇਤਨੀ ਢਾਹ ਲਈ ਹੈ ਅਤੇ ਇਸ ਸਾਲ ਤਾਂ ਬਹੁ ਹੈ ਜਿਵੇਂ ਸੈਲਾਬ ਦਾ ਖਤਰਾ ਹੈ ਅਤੇ ਬਹੁ ਦੇ ਰਹਿਣਾ ਢਾਹ ਲਈ ਹੈ ਦਰਿਆ ਤੋ ਢਾਹ ਲੱਗੀ ਹੋਈ ਦਿਖੇ ਨਾ ਇਹਦੀ ਇਹ ਜਨਾਬ ਇਹਦੇ ਪਏ ਪਰੂ ਵਾਲਾ ਪਾਣੀ ਡੱਬਦਾ ਪਏ ਨਹੀਂ ਇਹਦੇ ਵਿੱਚੋਂ ਆਉਂਦਾ ਪਏ ਇੱਥੋਂ ਨਿਕਲਦਾ ਪਏ ਇਹ ਸਾਹਮਣੇ ਇਹ ਕਰਕੇ ਇੱਥੋਂ ਘੁੰਮ ਕੇ ਵੱਤ ਅੱਗਾਂ ਹੀ ਵੇਂਦਾ ਪਏ ਇਹ ਸਾਹਮਣੇ ਆਹ ਸਾਹਮਣੇ ਉੱਥੋਂ ਨਿਕਲਦਾ ਪਏ ਇਹ ਸਾਰਾ ਅੱਗਾਂ ਅੱਗਾਂ ਹੀ ਦਰਿਆ ਇਸ ਜਾਤ ਨਾ ਮੰਜੀ ਫਸਿਆ ਨੇ ਇਸ ਜਾਤ ਦੀ ਮੰਜੀ ਫਸਿਆ ਨੇ ਦਰਿਆ ਅੱਗੇ ਮੰਜੀ ਵਾਲੀ ਵੀਡੀਓ ਬਣਾਈ ਆਵੀਂ ਅਤੇ ਢਾਹ ਕਿਵੇਂ ਲੈਂਦੇ ਇਹ ਦੇਖੋ ਢਾਹ ਇਹ ਹੁਣ ਢਾਹ ਲਈ ਹੈ ਸਿੱਧਾ ਇਹ ਇਹ ਢਾਹ ਹੈ ਅਤੇ ਇਹ ਸਾਰੇ ਮਾਮੂ ਦਾ ਘਰ ਇਹ ਵਾਲਾ ਇਹ ਕਿੰਨਾ ਨੇੜੇ ਆਇਆ ਪਏ ਬਿਲਕੁਲ ਨੇੜੇ ਆ ਗਏ ਇਹ ਪਿਛਲੇ ਸਾਲ ਵੀ ਜਦੋਂ ਮੈਂ ਮਾਮੂ ਦੇ ਘਰ ਆਇਆ ਤਾਂ ਤਕਰੀਬਨ ਇੱਥੋਂ ਆਈ ਇਸ ਜਗ੍ਹਾ 'ਤੇ ਆਈ ਇਸ ਤੋਂ ਵੀ ਅੱਗਾਂ 'ਤੇ ਆਈ ਲੇਕਿਨ ਹੁਣ ਦੇਖ ਕਿਤਨਾ ਅੱਗਾਂ ਆ ਗਏ ਇਤਨਾ ਕਟਾਓ ਕਰ ਗਏ ਇਹ ਢਾਹ ਬਹੁ ਗੰਦੀ ਲੈਂਦੇ ਇਹਦੇ ਭਾਵੇ ਇਹ ਰਹੇ ਅਤੇ ਦਸਤੀ ਢਵੇਂ ਦਾ ਆਉਂਦਾ ਆਉਂਦੇ ਇਹ ਜਨਾਬ ਸਾਹਮਣੇ ਦੇ ਨਾ ਇਹ ਪਾਰ ਦੇ ਨਾ ਇੱਥੇ ਇਹ ਮੇਰੇ ਖਾਲੇ ਸਾਹਮਣੇ ਮਿਲ ਨਜ਼ਰ ਆਉਂਦੀ ਖੜੀ ਹੈ ਤੇਰੇ ਸਾਹਮਣੇ ਹੈ ਇਹ ਦਮਾਨ ਵਾਲੀ ਸਾਈਡ ਦੇ ਡੇਰੇ ਵਾਲੀ ਸਾਈਡ ਦੇ ਮਿਲ ਨੇ ਅਗਰ ਰਾਤੀ ਸਹੀ ਤਾਂ ਬੰਦੇ ਖੜ੍ਹੇ ਹੁੰਦੇ ਇਹਦੇ ਨਾਲ ਲਾਈਟਾਂ ਬਲਦੇ ਨੇ ਉਸ ਤੋਂ ਪਤਾ ਲੱਗਦੇ ਬਈ ਮਿਲ ਇੱਥਾਂ ਹੈ ਭਾਈ ਅਤੇ ਦਰਿਆ ਬਹੁ ਸਾਰਾ ਦਿਨ ਇਹਨਾਂ ਨੇ ਪੇਟਾ ਕੱਢੀ ਪਿਆ ਮਤਲਬ ਹੁਣ ਦਰਿਆ ਕੰਮ ਠੀਕ ਹੈ ਹੁਣ ਲਾਏਗਾ ਦਰਿਆ ਤਾਂ ਇਹ ਵਾਸਤੇ ਸਾਰਾ ਦਿਨ ਰੇਤ ਦੇ ਟੀਲੇ ਪੈਂਦਾ ਹੈ ਇਹ ਸਾਹਮਣੇ ਇਹਦੇ ਨਾਲ ਲਈ ਵਾਲਾ ਬਾਲਣ ਇਹ ਪਿਆ ਛੋਟੇ ਛੋਟੇ ਛੋਟਾ ਛੋਟਾ ਬਾਲ ਹੋਣੇ ਉੱਥੇ ਖੇਡੋ ਕਿੱਥੇ ਵਜੀ ਤੇਰੀ ਲਈ ਪਿਆ ਮੈਂ ਖੇਡਦਾ ਖੇਡ ਪਰ ਮੈਂ ਨੈਟ ਤੇ ਕੰਮ ਕਰਨਾ ਵੀਡੀਓ ਬਣਾ ਤੇ ਬੜਾ ਨਾ ਵੀਡੀਓ ਹੋਗਾ ਉਸ ਦਾ ਹਾਲ ਹੈ ਕੋ ਮਲਵੇਰ ਹੈ ਮੇਰਾ ਇਹ ਬੜਾ ਨਾ ਕਿਵੇਂ ਐਸਾ ਕਰਾਂ ਪਰ ਕਮਰੇ ਲੋਕ ਨਾ ਤੇ ਬੜਾ ਹੀ ਮੈਂ ਦੱਸ ਗਿਆ ਬਈ ਮੈਂ YouTube ਚੈਨਲ ਚਲਾਣਾ ਵੀਡੀਓ ਭੇਜਣਾ ਯਾਦ ਖੇਡ ਤੇਰੀ ਕਿੱਥਾ ਪਹੁੰਚੇ ਤੇਰੇ ਖੇਡਾ ਵਤੇ ਐਸਾ ਉਹ ਖੇਡਾ ਵਧਾ ਮੈਂ ਕਰਨਾ ਵੀਡੀਓ ਬਣਾਣਾ ਮੈਂ ਨਾ ਨਹੀਂ ਤੇ ਉਹ ਬਹਾਨਾ ਤੇ ਨਹੀਂ ਮੈਂ ਸੋ ਮੰਜੀ ਚਲਾਣਾ ਤੂੰ ਉਹ ਖੇਡਾ ਵਤੇ ਸਮੁੰਦਰ ਤੂੰ ਠੀਕ ਸਿੰਧ ਰਾਹ ਦੇ ਕੋਨੇ ਤੇ ਆਇਆ ਬੇਟਾ ਇਵੇਂ ਆਇਆ ਬੇਟਾ ਆਪਣੇ ਚੈਨਲ ਯਾਦੇ ਬਈ ਦੇਣ ਚੈਨਲ ਮੇ ਗੁੜੇ ਤੇ ਮੈਂ ਤੇ ਚੈਨਲ ਦੇਣਾ ਲੇਕਿਨ ਤੇ ਚਲਾਵਾਂ ਦਾ ਡਾਂ ਚਲਾ ਦੇਣਾ ਤੇ ਮੈਂ ਧਿੱਕੇ ਨਾਲ ਚਲਾਈਦਾ ਡਾਂ ਨਾ ਕਿਵੇਂ ਨਾ ਮਲਵੇਰੇ ਮੇਰਾ ਖਾਨ ਮਲਵੇਰੇ ਬਾਕੀ ਸਾਰੇ ਮਲਵੇਰ ਬੈਠੇ ਨਾ ਤੂੰ ਸਾਰੇ ਮਲਵੇਰ ਮਿਲਵੇ ਨਾ ਅਰ ਕੀ ਤਮੇ ਫਿਰ ਕੱਢ ਦੇ ਘਰ ਦੇ ਪਿੱਛੂ ਵਾਲਾ ਮਲਵੇਰੇ ਇਸ ਕੋ ਤਾਂ ਜਾਣ ਦੇਵੇ ਦੇਖਿਆ ਇਹ ਮਲਵੇਰੇ ਮੇਰਾ ਇਹ ਮਲਵੇਰੇ ਮੇਰਾ ਉਹ ਮਲਵੇਰੇ ਪਿੱਛੂ ਮਲਵੇਰੇ ਮੇਰਾ ਮੈਂ ਕਹਿੰਦੇ ਰਹਿਣਾ ਮਾਏ ਕੋ ਮਾਮੂ ਸਰੇ ਨਾ ਵੱਡੇ ਮਾਮੂ ਦਾ ਪੁੱਤਰ ਹੈ ਨਾ ਇਹ ਕਿਹੜਾ ਮਲਵੇਰੇ ਉਸਤਾਦ ਸਾਹਿਬ ਉਸਤਾਦ ਅਬਦੁਲ ਮਜੀਦ ਅਸੀਂ
ਉਹ ਮਲਵੇ ਰੇ ਮੇਰਾ ਪਰਵਾਰਾ ਬੀਆ ਕੋਈ ਇਹ ਮਲਵੇ ਅਸਲ ਦਾ ਇਹ ਬੈਠੇ ਪੂਰੀ ਦੁਨੀਆ ਮੇਰਾ ਚੈਨਲ ਸਬਸਕ੍ਰਾਈਬ ਕੀਤੇ ਹੀ ਅੱਜ ਕੀਤੇ ਕੱਲ ਪਰਸੋਂ ਪੂਰੀ ਦੁਨੀਆ ਦੇ ਦੀ ਪਈ ਇਰਫਾਨ ਫਾਨੀ ਕੋਲੇ ਕਹਿੰਦਾ ਮਲਵੇਰ ਦੇ ਨਾਂ ਅੱਜ ਚੈਨਲ ਸਬਸਕ੍ਰਾਈਬ ਕੀਤੇ ਕੱਲ ਪਰਸੋਂ ਵਲਾ ਦੇਖ ਗਿਨੋ ਨੂਰਾਨੀ ਚਿਹਰਾ ਵਲਾ ਦੇਖ ਗਿਨੋ ਇੱਕ ਦਫਾ ਮਾਸ਼ਾ ਆਵੇ ਬੱਕਰਿਆਂ ਨੇ ਮਲਵੇਰ ਜਾਂ ਕਿਹੜੀ ਗਿਫਟ ਇਹ ਅਗਰ ਦਿੱਤੀ ਸੋਏ ਹਾਂ ਹਾਂ ਲਲਾ ਇਹ ਗਿਫਟ ਕਿੱਦੀ ਖੜੇ ਇਰਫਾਨ ਫਾਨੀ ਇਹ ਮਲਵੇਰ ਮੇ ਕੋ ਅਗੇ ਤੇਰਾ ਚੈਨਲ ਦੇ ਰਹਿ ਨਾ ਓਕੇ ਠੀਕ ਹੈ ਮੋਨੀਟਾਈਜ਼ ਠੀਕ ਹੈ ਤੇ ਚੈਨਲ ਦੀ ਖੁਸ਼ੀ ਦੇ ਰਹਿ ਨਾ ਮੇ ਕੋ ਗਿਫਟ ਕੀ ਦੇ ਸੀ ਇਹ ਕਾਲੀ ਬੱਕਰੀ ਇਹਨੇ ਤਰਾਏ ਫਲ ਇਹਨੇ ਤਰਾਏ ਨਹੀਂ ਅਜਾ ਉਹ ਬੱਕਰੀ ਖੜੀ ਹੈ ਜਨਾਬ ਇਹ ਤੇ ਇਹ ਵਾਲੀ ਬੱਕਰੀ ਇਹਨੇ ਤਰਾਏ ਫਲ ਲੈਣ ਵਿੱਚ ਇਹਨੇ ਤਾਂ ਦਸਾ ਨਾ ਨਾ ਵੀ ਕੋ ਨਹੀਂ ਹੈ ਹਲੇ ਨਾ ਹੋ ਜਾ ਬਾਅਦ ਵਿੱਚ ਇਹ ਮਾਸ਼ਾਅੱਲਾ ਨਜ਼ਰ ਨਾ ਲੱਗੇ ਤਕਰੀਬਨ 55 ਤੋਂ 60 ਹਜ਼ਾਰ ਰੁਪਏ ਦੀ ਇਹ ਬੱਕਰੀ ਇਹਦੇ ਨੱਪੀ ਖੜੇ ਤਰਾਏ ਫਲਾਂ ਵਾਲੀ ਤਾਂ ਲਾਲਾ ਮੇਰੇ ਕੋਲ ਤਾਂ ਗਿਫਟ ਮਿਲ ਗਏ ਅਤੇ ਤੂੰ ਆ ਕੋ ਵੀ ਚਾਹੀਦੇ ਤਾਂ ਦੱਸੇ ਸੋ ਇਹ ਵਾਲੀ ਬੱਕਰੀ ਇਹ ਅਭੀ ਇਹ ਵਾਲੀ ਬੱਕਰੀ ਇੰਦਰੇ ਕਿ ਇਹ ਗਿਫਟ ਕੀਤੀ ਹੋਣਾ ਮਲਵੇਰ ਗੱਲ ਅਤੇ ਅੱਜ ਦੀ ਵੀਡੀਓ ਤੱਕ ਨਾ ਇੱਥੇ ਹੀ ਐਂਡ ਅਗਰ ਸਾਡੀ ਵੀਡੀਓ ਅੱਛੀ ਲੱਗੀ ਤਾਂ ਸਾਡੇ ਚੈਨਲ ਕੋ ਜ਼ਰੂਰ ਸਬਸਕ੍ਰਾਈਬ ਕਰ ਸੋ ਅੱਲਾ ਹਾਫਿਜ਼।